ਅਸੀ ਕਾ ਦੋਸਤੋ ਕੀ ਹਾਲ ਚਾਲ ਲੋਹਾ ਹੈ ਰਾ ਫਿਰ ਸਿਵੀਏ ਲਗੇ ਟਾਈਮ ਤੋਂ ਪਹਿਲਾਂ ਹੀ ਫੇਰ ਇੱਕ ਨਵੀਂ ਅਪਡੇਟ ਨਵੀਂ ਅਪਡੇਟ ਕੀ ਨਵੀਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਆਹ ਪਰਸ ਤੋਂ ਤੋਂ ਲੈ ਕੇ ਜਿਹੜੀਆਂ 18 ਚੱਲ ਰਹੀਆਂ ਹਨ ਨਵੀਂ ਫਲੂਸੀਆਂ ਵੀ 2023 ਦੇ ਵਿੱਚ ਜਿਹੜੀ ਖੁੱਲਣ ਜਾ ਰਹੀ ਆ ਇਹ ਤੇ ਜਿਵੇਂ ਕਿ ਤੁਸੀਂ ਫੋਟੋ ਦੇ ਵਿੱਚ ਵੇਖ ਰਹੇ ਆ ਇਹ ਜਿਹੜੀ ਖਬਰ ਦੀ ਫੋਟੋ ਮੈਂ ਤੁਹਾਡੇ ਨੂੰ ਸਕਰੀਨਸ਼ਾਟ ਤੇ ਪੰਜਾਬੀ ਚ ਵੀ ਤੁਸੀ ਤੁਹਾਨੂੰ ਵਿਖਾਉਂਗਾ ਤੁਸੀਂ ਆਪੇ ਪੜਨਾ ਕਿਉਂਕਿ ਇਹਦੇ ਤੇ ਬਹੁਤ ਵੀਰਾਂ ਦੇ ਸਵਾਲ ਮੈਸੇਜ ਤੇ ਫੋਨ ਕਾਲਾਂ ਆ ਰਹੀਆਂ ਸੀਗੀਆਂ ਵੀ ਭਾਈ ਜਿਹੜੇ ਸੱਪਾਂ ਨੇ ਜਿਹੜੇ ਫਨ ਖਲਾਰਲੇ ਆ ਜਿਹੜੇ ਨਾਗ ਬੈਠੇ ਆ ਉਹਨਾਂ ਨੇ ਜਿਹੜੇ ਪੂਰੇ ਫਨ ਖਲਾਰ ਕੇ ਬਹਿ ਗਏ ਤੇ ਡੰਗ ਮਾਰਨੇ ਸ਼ੁਰੂ ਕਰ ਦਿੱਤੇ ਕੋਈ ਲੱਖ ਕੋਈ 2 ਲੱਖ ਕੋਈ 7 ਬਿਦ ਪਾਸਪੋਰਟ 4-4 ਲੱਖ ਤੱਕ ਡੰਗ ਮਾਰਨ ਲੱਗ ਗਏ ਆ ਤਕਰੀਬਨ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਇੱਕ ਵੀਰ ਨੇ ਅੱਜ ਫੋਨ ਕੀਤਾ ਕਹਿੰਦਾ ਭਾਈ 4 ਲੱਖ ਮੰਗ ਰਿਆ ਨਾਲ ਪਾਸਪੋਰਟ ਓਰੀਜਨਲ ਮੰਗ ਰਿਆ ਸੋ ਦੋਸਤੋ ਇੱਥੇ ਮੈਂ ਸੁਣਿਆ ਨਾ ਕਲੀਅਰ ਜਿਹੜੀ ਗੱਲ ਕਰਨੀ ਚਾਹੁੰਨਾ ਵੀ ਠੀਕ ਆ ਸਰਕਾਰ ਨੇ ਜਿਹੜਾ ਖਬਰਾਂ ਦੇ ਵਿੱਚ ਆਇਆ ਜਿਹੜਾ ਖਬਰਾਂ ਦੇ ਵਿੱਚ ਆਇਆ ਹੇ ਨਾ ਕਿ ਸਰਕਾਰ ਨੇ ਆਪਣੇ ਗਜੇਤਾ ਅਫੀਸ਼ੀਅਲੀ ਦੇ ਵਿੱਚ ਇਹ ਬਿਆਨ ਕੀਤਾ ਜਿਵੇਂ ਕਿ ਦੱਸਿਆ ਗਿਆ ਖਬਰਾਂ ਦੇ ਵਿੱਚ ਮੈਂ ਪੜ ਰਿਹਾ ਤੁਸੀਂ ਵੀ ਪੜ ਸਕਦੇ ਹੋ ਸਕਰੀਨ ਤੇ ਵੀ ਫਲੂਸੀ ਦੁਏ ਮਿਲਲਾ 23 ਮਿਨਿਸਟਰੋ ਡੇਲ ਇਨਟਰਨੋ ਪ੍ਰੋਂਟੋ ਅਵਵੈਬਰੀ ਇਲ ਨੋਵੋ ਡਿਕਰੇਟੋ ਵੀ ਸਰਕਾਰ ਤਿਆਰ ਆ ਨਵੀਂ ਡਿਕਰੇਟੋ ਕੱਢਣ ਵਾਸਤੇ ਠੀਕ ਆ ਨਵੀਂ ਫਲੂਸੀ ਕੱਢਣ ਵਾਸਤੇ ਪਰ ਜਦੋਂ ਖਬਰ ਨੂੰ ਧਿਆਨ ਨਾਲ ਪੜਦੇ ਆ ਖਬਰ ਤੋਂ ਵੀ ਥੱਲੇ ਜਾ ਕੇ ਜਦੋਂ ਧਿਆਨ ਨਾਲ ਪੂਰੀ ਖਬਰ ਪਹਿਲਾਂ ਪਹਿਰੇ ਪੜ ਕੇ ਵੇਨੇ ਨਾ ਜਦੋਂ ਪਹਿਲਾ ਪੈਰਾ ਕਰੋਗੇ ਇਹਦੇ ਵਿੱਚ ਇਹਨਾਂ ਨੇ ਲਿਖਿਆ ਵੀ ਜਿਹੜੀ ਇੱਕ ਮੀਟਿੰਗ ਤੈਅ ਕੀਤੀ ਜਾ ਰਹੀ ਹੈ ਕਿ ਇਸ ਤਮੰਤਰਾਂ ਦੀ ਦੇ ਅੰਡਰ ਸੈਕਟਰੀ ਦੀ ਸੋਮਵਾਰ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਠੀਕ ਹੈ ਮੀਟਿੰਗ ਹੋਣ ਜਾ ਰਹੀ ਹੈ ਵੀ ਵੀ ਨਾਲ ਦੇ ਪਿਆਨ ਤੇ ਦੋਸਦੀ ਦੇ ਫਰਮਾਨ ਦੇ ਮਤਲਬ ਕੋ ਜਿਹੜੀ ਲੇਬਰ ਮਨਿਸਟਰ ਦੀ ਤੇ ਮੰਤਰੀ ਮਰੀਨਾ ਕੈਲਦਰੋਂ ਦੀ ਅੰਡਰ ਸੈਕਟਰੀ ਦੀ ਮੀਟਿੰਗ ਹੋਣ ਜਾ ਰਹੀ ਹੈ ਸੋਮਵਾਰ ਠੀਕ ਹੈ ਇਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਥੱਲੇ ਤੁਸੀਂ ਇੱਕ ਲਾਈਨ ਹੋਰ ਧਿਆਨ ਨਾਲ ਪੜੋ ਇਹ ਜਿਹੜੀ ਧਿਆਨ ਤੁਸੀਂ ਆਪ ਵੀ ਪੜ ਸਕਦੇ ਆ ਮੈਂ ਵੀ ਤੁਹਾਨੂੰ ਦੱਸ ਦਿੰਦਾ ਪਹਿਲਾਂ ਤਾਂ ਮੈਂ ਇਟਾ ਲਾਈਨ ਦੇ ਵਿੱਚ ਪੜ ਕੇ ਦੱਸਦਾ ਵੀ ਇੱਥੇ ਲਿਖਿਆ Il obitivo equallo di disciplinare il ingresso regolare dei migranti ਠੀਕ ਹੈ ਵੀ ਇਹਦਾ ਮਤਲਬ ਇਹ ਆ ਵੀ ਇਹਦਾ ਮਕਸਦ ਕੀ ਆ ਫਲੂਸੀ ਕੋਲਣ ਦਾ ਟੀਚਾ ਟੀਚਾ ਪ੍ਰਵਾਸੀਆਂ ਦੇ ਜਿਹੜੇ ਨਿਯਮਤ ਦਾਖਲੇ ਨੂੰ ਨਿਰੰਤਰ ਕਰਨਾ ਵੀ ਜਿਹੜੇ ਖਾਸ ਤੌਰ ਤੇ ਉਹਨਾਂ ਦੇਸ਼ਾਂ ਚੋਂ ਜਿੱਥੋਂ ਦਾ ਪ੍ਰਵਾਹ ਗੈਰ ਸਰਕਾਰੀ ਜਾ ਜਾ ਰਹੀ ਜਾਨੀ ਕਿ ਅੱਗੇ ਲੈ ਸ਼ਾਇਦ ਨਹੀਂ ਵੇ ਲੋ ਵੀ ਟੁਨੀਸ਼ੀਆ ਬੰਗਲਾਦੇਸ਼ ਟੁਨੀਸ਼ੀਆ ਬੰਗਲਾਦੇਸ਼ ਤੇ ਏਜੀਪਟ ਏਜੀਪਟ ਜਾਨੀ ਕਿ ਮਿਸਰ ਨੂੰ ਵੀ ਏਜੀਪਟ ਕਹਿੰਦੇ ਆ ਵੀ ਜਿਹੜੇ ਇੱਥੋਂ ਆਉਂਦੇ ਸੀਗੇ ਜਿਹੜੇ ਇਹ ਜਾਇ ਪਰ ਪਰ ਉਹਨਾਂ ਨੂੰ ਕਾਬੂ ਦੇ ਵਿੱਚ ਕਰਨ ਵਾਸਤੇ ਜਿਹੜੀ ਇਹ ਲੂਸੀਡਾ ਜਿਹੜਾ ਪ੍ਰਮਾਣ ਆਹੇ ਜਾਰੀ ਕੀਤਾ ਗਿਆ ਇਹ ਤੇ ਹੁਣ ਮੀਟਿੰਗ ਬੈਠਣੀ ਹੈ ਮੰਤਰੀਆਂ ਦੀ ਕਿਉਂਕਿ ਇਹ ਲੇਬਰ ਮਨਿਸਟਰ ਜਿਹੜੇ ਲੇਬਰ ਮਨਿਸਟਰ ਆ ਤੇ ਜਿਹੜੀਆਂ ਸਰਕਾਰੀ ਸਹਿਯੋਗੀ ਕੰਪਨੀਆਂ ਉਹਨਾਂ ਦਾ ਬੰਦੇ ਚਾਹੀਦੇ ਆ ਦੋਸਤੋ ਠੀਕ ਹੈ ਕੰਮ ਕਰਨ ਵਾਸਤੇ ਬੰਦੇ ਚਾਹੀਦੇ ਆ ਜਿਵੇਂ ਸਰਕਾਰ ਨੇ ਦੱਸਿਆ ਵੀ 90000 ਬੰਦਾ ਪਿਛਲੇ ਸਾ ਇਹ ਸਾਲ ਦੇ ਵਿੱਚ ਐਂਟਰ ਕਰ ਚੁੱਕਾ ਗੈਰ ਕਾਨੂੰਨੀ ਤੌਰ ਤੇ ਹੁਣ ਸਰਕਾਰ ਇਹ ਤੇ ਦਿਮਾਗ ਲੜਾ ਰਹੀ ਆ ਵੀ ਇਹ ਹੀ 90000 ਬੰਦਾ ਜੇ ਅਸੀਂ ਕਾਨੂੰਨੀ ਤੌਰ ਤੇ ਲੱਗੇ ਇਹਨਾਂ ਮੌਲਕਾਂ ਤੋਂ ਕਿਉਂਕਿ ਇਹਨਾਂ ਨੇ ਆਉਣੋਂ ਹਟਣਾ ਨਹੀਂਗਾ ਕਿੰਨੇ ਕੁਝਾ ਹੀ ਰੋਕੀ ਜਾਣਗੇ ਇਹਨਾਂ ਮੌਲਕਾਂ ਤੋਂ ਇਹ ਕਾਨੂੰਨੀ ਤੌਰ ਤੇ ਬੰਦੇ ਮੰਗਣ ਉਹ ਇਥੇ ਕੰਮ ਕਰਨਗੇ ਦੇਸ਼ ਨੂੰ ਵੀ ਫਾਇਦਾ ਹੋਊਗਾ ਟੈਕਸ ਭਰਨਗੇ ਸੋ ਇਸ ਤੇ ਇਹਨਾਂ ਦੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਇਸ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਇਹ ਬੰਦੇ ਆ ਸਾਰੇ ਇਹਨਾਂ ਨੇ ਇੰਡੀਆ ਜਾਂ ਪਾਕਿਸਤਾਨ ਤੋਂ ਮੰਗਣੇ ਆ ਇਹਨਾਂ ਨੇ ਖਾਸ ਤੌਰ ਤੇ ਲਿਖਿਆ ਹੋਇਆ ਉਹ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਵੀ ਟੀਚਾ ਜਿਹੜਾ ਜਿਹੜਾ ਇਲੀਗਲ ਮਾਈਗ੍ਰੈਂਟਸ ਆ ਟੀਚਾ ਜਿਹੜਾ ਇਨਗ੍ਰੈਸੋ ਰੈਗੂਲਰ ਇਹਦੀ ਮਾਈਗ੍ਰੈਂਟੀ ਜਿਹੜੀ ਤਨੀਸ਼ੀਆ ਬੰਗਲਾਦੇਸ਼ ਤੇ ਅਜੇਪਟ ਤੋਂ ਜਾਜ ਪਰ ਪਰ ਆਉਂਦੇ ਹਨ ਉਹਨਾਂ ਨੂੰ ਕਾਬੂ ਕਰਨ ਵਾਸਤੇ ਮਤਲਬ ਵੀ ਉਹਨਾਂ ਨੂੰ ਨਿਰੰਤਰ ਕਰਨ ਵਾਸਤੇ ਇਹਨਾਂ ਨੇ ਟੀਚਾ ਰੱਖਿਆ ਹੈ ਜਿਹਦੇ ਤੇ ਕਿ ਮੀਟਿੰਗ ਹੋਣੀ ਹੈ ਹੋ ਸਕਦਾ ਆਪਾਂ ਇਹ ਵੀ ਨਹੀਂ ਕਹਿ ਸਕਦੇ ਮੈਂ ਤੁਹਾਡਾ ਦਿਲ ਤੋੜਨ ਵਾਸਤੇ ਨਹੀਂ ਕਹਿ ਰਿਹਾ ਆਪਣੇ ਇੰਡੀਆ ਨੂੰ ਪਾਕਿਸਤਾਨੀ ਵੀਰਾਂ ਦਾ ਵੀ ਆਪਣੇ ਆਪ ਤੇ ਪੇਪਰ ਨਹੀਂ ਖੁੱਲਣਗੇ ਹੋ ਸਕਦਾ ਵੀ ਆਪਣੇ ਆਪ ਤੇ ਵੀ ਕੋਟਾ ਹੋਵੇ ਪਰ ਇਹਨਾਂ ਨੇ ਪਹਿਲ ਜਿਹੜੀ ਦੇਣੀ ਆ ਇਨਾ ਮੌਕਾ ਨਹੀਂ ਜਣੀ ਇਹਦੇ ਤੋਂ ਕਿ ਤੇ ਆਏ ਭਰ ਭਰ ਆ ਰਹੇ ਆ ਬਾਕੀ ਵੇਖਦੇ ਆਂ ਦੋਸਤੋ ਹਜੇ ਇਹਨਾਂ ਦਾ ਕੋਈ ਪਤਾ ਨਹੀਂ ਕਿਉਂਕਿ ਜਿੱਥੋਂ ਤੱਕ ਖਬਰ ਨੂੰ ਧਿਆਨ ਨਾਲ ਮੈਂ ਅੱਜ ਇਹਦੀ ਸਰਚ ਕੀਤੀ ਆ ਖਬਰ ਦੀ ਵੀ ਜਿੱਥੋਂ ਤੱਕ ਮੇਰੇ ਸਮਝ ਚ ਆਈ ਆ ਤੁਸੀਂ ਵੀ ਵੇਖ ਸਕਦੇ ਹੋ ਸਮਝਣ ਦੀ ਕੋਈ ਨਾ ਸਮਝਣ ਵਾਲੀ ਇਹ ਚ ਗੱਲ ਹੀ ਹੈ ਨੀ ਕਿ ਆਪਾਂ ਪਹਿਲਾਂ ਗੱਲਾਂ ਚੱਕ ਚੱਕਾ ਕੇ ਚਲੋ ਠੀਕ ਆ ਉਪਰੋਂ ਉਪਰ ਇਹ ਵੀ ਫਲੂਸੀ ਖੁੱਲ ਰਹੀ ਹੈ ਖੁੱਲ ਰਹੀ ਹੈ ਠੀਕ ਆ ਜਰੂਰ ਖੁੱਲ ਰਹੀ ਹੈ ਗੱਲ ਕੀਤੀ ਇਹਨਾਂ ਨੇ ਇਹਦੇ ਵਿੱਚੋਂ ਵੇਖੀਏ ਵਿੱਚੋਂ ਇਹਦੇ ਵਿੱਚੋਂ ਕੁਝ ਹੋਰ ਹੀ ਨਿਕਲੇ ਆ ਵੀ ਜਿਹੜਾ ਨਾ ਨੇ ਟਿਊਨੀਸ਼ੀਆ ਬੰਗਲਾਦੇਸ਼ ਤੇ ਮਿਸਰ ਤੋਂ ਆ ਰਹੇ ਜਹਾਜ਼ਾਂ ਉਹਨਾਂ ਨੂੰ ਇੱਕ ਨੰਬਰ ਦੇ ਵਿੱਚ ਬੁਲਾਉਂਦੀ ਹੈ ਨਾ ਨੇ ਕੋਸ਼ਿਸ਼ ਕਰਨੀ ਆ ਉਹ ਮੀਟਿੰਗ ਜਿਹੜੀ ਸਾਹਮਣੇ ਸੋਮਵਾਰ ਨੂੰ ਆ ਜਾਣੀਆਂ ਹੋਰ ਵੇਖੋ ਕਿਹੜੇ ਮੁਲਕਾਂ ਤੋਂ ਇਹ ਕਿੰਨਾ ਕੋਟਾ ਜਿਹੜਾ ਜਾਰੀ ਕਰਦੇ ਆ ਕਿਉਂਕਿ ਹੁਣ ਇਹਨਾਂ ਦਾ ਕੋਟਾ ਜਾਰੀ ਕਰਨਾ ਤੇ ਬਾਅਦ ਵਿੱਚ ਦਿੱਕਤ ਹੋ ਲੂਸੀ ਦਾ ਜਿਹੜਾ ਆਫੀਸ਼ੀਅਲੀ ਕਜੇਤਾ ਆਫੀਸ਼ੀਅਲੀ ਦੇ ਵਿੱਚ ਜਿਹੜਾ ਸ਼ੱਕ ਆ ਜਾਣਾ ਕਿਉਂਕਿ ਕੋਟੇ ਦੇ ਹਿਸਾਬ ਨਾਲ ਹੁਣ ਮਹਿਨੀਆਂ ਵੀ ਕਿਹੜੇ ਮੁਲਕਾਂ ਤੋਂ ਇਹ ਕਿੰਨਾ ਕੋਟਾ ਮੰਗਦਾ ਆਪਾਂ ਤਾਂ ਰੱਬਗੇ ਅਰਦਾਸ ਕਰਦੇ ਆਂ ਵੀ ਆਪਣੇ ਇੰਡੀਆ ਪਾਕਿਸਤਾਨ ਦਾ ਨਾਮ ਵੀ ਹੋਵੇ ਕਿਉਂਕਿ ਬੰਗਲਾਦੇਸ਼ ਦਾ ਤਾਂ ਨਾਮ ਪਹਿਲਾਂ ਹੀ ਹੈਗਾ ਵਿੱਚ ਬੰਗਲਾਦੇਸ਼ ਤੋਂ ਆਣੇ ਬੰਦੇ ਮੰਗਣੀ ਮੰਗਣੇ ਆ ਤੇ ਵੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸੋਮਵਾਰ ਨੂੰ ਕੀ ਸਿੱਟਾ ਸਾਹਮਣੇ ਆਉਂਦਾ ਤੇ ਕਿਹੜੇ ਮੁਲਕ ਦਾ ਕਿੰਨਾ ਕੋਟਾ ਇਹ ਸਰਕਾਰ ਜਾਰੀ ਕਰਦੀ ਹੈ ਮਿਲਦਾ ਦੋਸਤੋ ਕੱਲ ਨੂੰ ਕੱਲ ਦੀ ਅਪਡੇਟ ਦੇ ਨਾਲ ਤਦ ਤੱਕ ਦਿਓ ਅੱਗੇ ਜੇ ਖਬਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਬਾਕੀ बच ਕੇ ਰਹੋ ਨਾਗਾਂ ਤੋਂ ਕਿਉਂਕਿ ਮੈਂ ਹਰ ਖਬਰ ਜਲਦ ਆਉਣਾ ਵੀ ਕਿਸੇ ਨੂੰ ਪਹਿਲਾਂ ਪਾਸਪੋਰਟ ਨਹੀਂ ਦੇਣਾ ਪੈਸਾ ਨਹੀਂ ਪਹਿਲਾਂ ਦੇਣਾ ਹਜੇ ਹਜੇ ਤੱਕ ਖਬਰ ਹੀ ਉੱਡੀ ਆ ਹਜੇ ਕੋਈ ਸਾਹਮਣੇ ਕੁਝ ਨਹੀਂ ਆਇਆਗਾ ਸੋ ਸਾਵਧਾਨ ਰਹੋ ਇਹੋ ਜੇ ਏਜੰਟਾਂ ਤੋਂ ਓਕੇ ਅਸਿਕਾਲ